31 ਮਈ ਦਾ ਦਿਹਾੜਾ ਸਾਰੀ ਦੁਨੀਆ ਦੇ ਵਿੱਚ ਨੋ ਟਬੈਕੋ ਅਤੇ ਐਂਟੀ ਸਮੋਕਿੰਗ ਡੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਕਿਸੇ ਵੀ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਸਰਕਾਰ ਵੱਲੋਂ ਅਤੇ WHO ਵੱਲੋਂ ਉਹ ਦਿਹਾੜਾ ਸਾਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਅਤੇ ਜੇ ਤੰਬਾਕੂ ਦੀ ਗੱਲ ਕਰੀਏ ਤਾਂ ਇਸ ਵਾਰ ਦਾ ਜਿਹੜਾ ਨਾਰਾ ਹੈ ਕਿ ਆਪਾਂ ਬੱਚਿਆਂ ਨੂੰ ਅਤੇ ਆਉਣ ਵਾਲੀਆਂ ਨਸਲਾਂ ਨੂੰ ਇਸ ਦੇ ਭੈੜੇ ਜਿਹੜੇ ਇਹਦੇ ਪ੍ਰਣਾਮ ਹੁੰਦੇ ਉਹ ਤੋਂ ਬਚਾਉਣਾ ਹੈ। ਤੰਬਾਕੂ ਦਾ ਸੇਵਨ ਬਹੁਤ ਹੀ ਪੁਰਾਣਾ ਹੈ ਅਤੇ ਵੱਖ ਵੱਖ ਤਰ੍ਹਾਂ ਕੀਤਾ ਜਾਂਦਾ ਹੈ। ਜਿਹੜਾ ਆਮ ਦੇਖਿਆ ਜਾਂਦਾ ਹੈ ਉਹ ਸਮੋਕਿੰਗ ਦੇ ਤੌਰ ਦੇ ਉੱਤੇ ਹੈ, ਸਿਗਰਟ ਹੈ, ਬੀੜੀ ਹੈ, ਹੁੱਕਾ ਹੈ, ਸਿਗਾਰ ਹੈ ਜਾਂ ਕੋਈ ਹੋਰ ਕਿਸੇ ਤਰ੍ਹਾਂ ਨਾਲ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਤੰਬਾਕੂ ਖਾਂਦੇ ਵੀ ਹਨ। ਇਹ ਜਿਹੜਾ ਤੰਬਾਕੂ ਦਾ ਸੇਵਨ ਹੈ ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹੈ। ਇਸ ਦਾ ਕਾਰਨ ਇਹ ਹੈ ਕਿ ਤੰਬਾਕੂ ਦੇ ਨਾਲ ਸਰੀਰ ਦੇ ਵਿੱਚ ਬਹੁਤ ਸਾਰੇ ਜ਼ਹਿਰੀਲੇ ਤੱਤ ਜਿਵੇਂ ਟਾਰ, ਕੈਡਮੀਅਮ, ਲੈੱਡ, ਫਾਰਮੈਲਡੀਹਾਈਡ ਅਤੇ ਨਾਲ ਹੀ ਨਾਲ ਕਾਰਬਨ ਮੋਨੋਆਕਸਾਈਡ ਜਿਹੜੀ ਹੈ ਉਹ ਸਰੀਰ ਦੇ ਅੰਦਰ ਜਾਂਦੀ ਹੈ। ਇਕੱਲੀਆਂ ਇੰਨੀਆਂ ਹੀ ਨਹੀਂ, ਬਹੁਤ ਸਾਰੀਆਂ ਜਿਹੜੀਆਂ ਹੋਰ ਵੀ ਜਿਹੜੇ ਕੈਮੀਕਲਸ ਹੈ ਥੋੜ੍ਹੀ ਬਹੁਤੀ ਮਾਤਰਾ ਦੇ ਵਿੱਚ ਅੰਦਰ ਜਾਂਦੇ ਨੇ। ਅਤੇ ਜੇ ਆਪਾਂ ਗੱਲ ਕਰੀਏ ਸਮੋਕਿੰਗ ਦੀ ਤਾਂ ਜਿੱਥੇ ਸਮੋਕਿੰਗ ਹੋ ਜਿਹੜਾ ਫਾਇਰ ਦਾ ਐਂਡ ਹੈ ਸਿਗਰਟ ਦਾ ਉੱਥੇ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ ਹੈ। ਅਤੇ ਤੁਸੀਂ ਆਪ ਹਿਸਾਬ ਲਾ ਲਓ ਕਿ 600 ਡਿਗਰੀ ਦੇ ਉੱਤੋਂ ਹਵਾ ਲੰਘ ਕੇ ਤੁਹਾਡੇ ਅੰਦਰ ਜਿਹਦੇ ਮੂੰਹ 'ਚ ਜਾਵੇਗੀ ਤਾਂ ਕਿੰਨਾ ਨੁਕਸਾਨ ਕਰੇਗੀ। ਇਹ ਸਾਰੀਆਂ ਹੀ ਜਿਹੜੀਆਂ ਭੈੜੀਆਂ ਚੀਜ਼ਾਂ ਅੰਦਰ ਜਾਂਦੀਆਂ ਨੇ, ਨੁਕਸਾਨ ਕਰਦੀਆਂ ਨੇ। ਅਤੇ ਤੰਬਾਕੂ ਦੇ ਨਾਲ ਤਾਂ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਹੁੰਦੀਆਂ, ਜੇ ਮੂੰਹ ਤੋਂ ਸ਼ੁਰੂ ਕਰ ਲਈਏ ਜਿਹੜਾ ਹੈ ਮੂੰਹ ਦੇ ਵਿੱਚ ਕੈਂਸਰ ਹੋ ਸਕਦਾ, ਫਾਈਬਰੋਸਿਸ ਹੋ ਸਕਦੀ ਹੈ, ਮੂੰਹ ਦੇ ਵਿੱਚ ਚਟਾਕ ਪੈ ਸਕਦੇ ਨੇ, ਦੰਦਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਨੇ। ਇਸ ਤੋਂ ਇਲਾਵਾ ਸਰੀਰ ਦੇ ਵਿੱਚ ਸਭ ਨਾਲੋਂ ਜ਼ਿਆਦਾ ਨੁਕਸਾਨ ਹਾਰਟ ਅਤੇ ਫੇਫੜਿਆਂ ਨੂੰ ਕਰਦੀ ਹੈ। ਹਾਰਟ ਦੇ ਵਿੱਚ ਜਿਹੜੇ ਅੰਦਰ ਐਥੀਰੋਸਕਲੋਸਿਸ, ਹਾਰਟ ਦੀਆਂ ਡਿਫਰੈਂਟ ਪ੍ਰੋਬਲਮ, ਬਲੱਡ ਪ੍ਰੈਸ਼ਰ ਵੱਧਦਾ ਹੈ ਅਤੇ ਹਾਰਟ ਰੇਟ ਦੇ ਉੱਤੇ ਪੈਂਦਾ ਹੈ ਅਤੇ ਹਾਰਟ ਅਟੈਕ ਦਾ ਬਹੁਤ ਵੱਡਾ ਕਾਰਨ ਜਿਹੜਾ ਹੈ ਤੰਬਾਕੂ ਬਣਦਾ ਹੈ। ਫੇਫੜਿਆਂ ਦੀ ਗੱਲ ਕਰੀਏ ਤਾਂ ਫੇਫੜੇ ਦੇ ਉੱਤੇ ਤਾਂ ਇਹਦਾ ਬਹੁਤ ਸਿੱਧਾ ਇਫੈਕਟ ਪੈਂਦਾ ਹੈ, ਜਿਵੇਂ ਕਿ ਬ੍ਰੌਂਕਾਈਟਸ ਹੋ ਗਿਆ, ਫਿਰ ਪਰਮਾਨੈਂਟ ਜਦੋਂ ਜਿਹੜੇ ਸਮੋਕਰਸ ਆ ਉਹਨਾਂ ਦੇ ਵਿੱਚ ਫੇਫੜੇ ਡੈਮੇਜ ਹੋ ਕੇ COPD ਟਾਈਪ, ਮਤਲਬ ਕਰੋਨਿਕ ਓਬਸਟ੍ਰਕਟਿਵ ਏਅਰਵੇ ਡਿਜ਼ੀਜ਼ ਬਣ ਜਾਂਦੇ ਨੇ। ਅਤੇ ਕੈਂਸਰ ਦਾ ਸਭ ਨਾਲੋਂ ਲੰਗ ਕੈਂਸਰ ਦਾ ਮੇਨ ਕਾਰਨ ਜਿਹੜਾ ਹੈ ਉਹ ਸਮੋਕਿੰਗ ਹੀ ਹੈ। ਇਕੱਲਾ ਇੱਥੇ ਹੀ ਨਹੀਂ, ਪੇਟ ਦੀਆਂ ਬਿਮਾਰੀਆਂ ਜਿਵੇਂ ਕਿ ਪੇਟ ਦੇ ਵਿੱਚ ਸਟੋਮਿਕ ਦੇ ਵਿੱਚ ਅਲਸਰਸ, ਕੈਂਸਰ ਹੋ ਸਕਦੇ ਨੇ। ਇਸ ਤੋਂ ਇਲਾਵਾ ਬਲੱਡ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਜਿਹਦੇ ਵਿੱਚ ਈਵਨ ਡਿਫਰੈਂਟ ਟਾਈਪਸ ਦੇ ਕੈਂਸਰ ਵੀ ਹੋ ਸਕਦੇ ਨੇ। ਸਭ ਨਾਲੋਂ ਜ਼ਿਆਦਾ ਜਿਹੜਾ ਇਫੈਕਟ ਆਉਂਦਾ ਫਿਰ ਬਹੁਤ ਸਾਰੇ ਕੇਸਿਸ 'ਚ ਯੂਰੀਨਰੀ ਬਲੈਡਰ ਦੇ ਵਿੱਚ ਕੈਂਸਰ ਹੋ ਸਕਦਾ ਤੰਬਾਕੂ ਨਾਲ। ਜੇ ਤੁਸੀਂ ਕਿਸੇ ਨੂੰ ਵੇਖਿਆ ਹੋਵੇ ਕਿ ਖੂਨ ਦੀਆਂ ਨਾੜੀਆਂ ਇੰਨੀਆਂ ਕੁ ਸੁੰਗੜ ਜਾਂਦੀਆਂ ਕਿ ਬਲੱਡ ਸਪਲਾਈ ਜਿਹੜੀ ਹੈ ਉਹ ਘੱਟ ਜਾਂਦੀ ਹੈ, ਕਈ ਵਾਰੀ ਮਰੀਜ਼ ਬਰਜਰ ਡਿਜ਼ੀਜ਼ ਕਹਿੰਦੇ ਆ, ਮਰੀਜ਼ਾਂ ਦੀਆਂ ਲੱਤ ਤਾਂ ਕੱਟਣੀਆਂ ਪੈ ਸਕਦੀਆਂ ਨੇ। ਅਤੇ ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਆਪਾਂ ਬਚਾ ਸਕਦੇ ਹਾਂ। ਕਿੱਦਾਂ ਬਚਾ ਸਕਦੇ ਹਾਂ? ਜਾਣਕਾਰੀ ਨਾਲ। ਲੋਕਾਂ ਨੂੰ ਅੱਜ ਦੇ ਇਸ ਦਿਹਾੜੇ ਦੇ ਉੱਤੇ ਵੱਧ ਤੋਂ ਵੱਧ ਜਾਗਰਿਤ ਕਰੀਏ ਅਤੇ ਆਪਾਂ ਪ੍ਰਣ ਕਰੀਏ ਕਿ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਲੇ ਦੁਆਲੇ ਇਹ ਧਿਆਨ ਰੱਖਾਂਗੇ ਕਿ ਕੋਈ ਜਿਹੜੀ ਹੈ ਇਹ ਲੋਕ ਬੱਚੇ ਸਿਗਰਟ ਦੇ ਵੱਲ ਜਾਂਦੇ ਉਹਨਾਂ ਨੂੰ ਰੋਕੀਏ। ਇੱਕ ਗੱਲ ਹੋਰ ਇੰਪੋਰਟੈਂਟ ਹੈ ਕਿ ਇਨਫਰਟੀਲਿਟੀ ਨਾ ਬਾਂਝਪਨ ਦਾ ਵੱਡਾ ਕਾਰਨ ਵੀ ਇਹ ਟਬੈਕੋ ਪ੍ਰੋਡਕਟਸ ਨੇ। ਕਿਰਪਾ ਕਰਕੇ ਇਸ ਦੇ ਬਾਰੇ ਵੀ ਸਾਰਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਆਓ ਸਾਰੇ ਆਪਾਂ ਰਲ ਮਿਲ ਕੇ ਅੱਜ ਦੇ ਦਿਹਾੜੇ ਦੇ ਉੱਤੇ ਕਸਮ ਖਾਈਏ ਕਿ ਸਮਾਜ ਨੂੰ ਆਪਾਂ ਇੱਕ ਚੰਗੀ ਦਿਸ਼ਾ ਦੇਈਏ ਅਤੇ ਲੋਕਾਂ ਨੂੰ ਇਸ ਤੋਂ ਬਚਾਈਏ।